ਸਲਾਮਤ ਰਹੋ ਜੀ। ਅੱਛਾ, ਸਰਕਾਰੇ ਕਾਸਮ ਦੀ ਆਮਦ ਦੀਆਂ 4 ਸਤਰਾਂ ਬੜੀਆਂ ਪਿਆਰੀਆਂ, ਬੜੇ ਕੀਮਤੀ ਮੋਤੀ ਮੈਂ ਪੂਰੇ ਮੁਲਕ 'ਚ ਪੜ੍ਹਨ। ਮੈਂ ਅੱਜ ਦੇ ਜਸ਼ਨ ਵਾਸਤੇ ਕਸੀਦਾ ਸਾਂਭ ਕੇ ਰੱਖੀ ਮਜਲਸਾਂ, ਮੈਂ ਸ਼ਹਿਰ 'ਚ ਕਾਫੀ ਪੜ੍ਹੀਆਂ, ਲੇਕਿਨ ਮੈਂ ਕਸੀਦਾ ਇਸ ਵਾਸਤੇ ਨਹੀਂ ਪੜ੍ਹਿਆ, ਜੋ ਇਹ ਕਸੀਦਾ ਮੈਂ ਅੱਜ ਦੀ ਰਾਤ ਜਨਾਬ ਨੂੰ ਸੁਣਿਆ ਸੀ। 2 ਜਾਂ 3 ਸਤਰਾਂ ਵਿੱਚ ਸੁਣੋ ਜੋ ਜਿਸ ਵੇਲੇ ਸਰਕਾਰੇ ਕਾਸਮ ਦੀ ਆਮਦ ਇਸ ਦੁਨੀਆਂ 'ਤੇ ਹੋਈ ਹੈ ਅਤੇ ਮਾਹੌਲ ਕਿਹੜਾ ਬਣਿਆ। ਇਜਾਜ਼ਤ ਨਹੀਂ ਸੁਣਾਵਾਂ, ਇੱਕ ਸਲਵਾਤ ਕਸੀਦੇ ਵਾਲੀ ਤਲਾਵਤ ਫਰਮਾਵਾਂ, ਮੈਂ ਕਸੀਦਾ ਸੁਣਾਵਾਂ। ਤਵੱਜੋ ਹੈ ਜੀ। ਹੈ ਕਾਸਮ ਕੀ ਆਮਦ ਜਹਾਂ ਮੇ ਖੁਸ਼ੀ ਹੈ, ਕਾਸਮ ਕੀ ਆਮਦ ਜਹਾਂ ਮੇ ਖੁਸ਼ੀ ਹੈ, ਕਾਸਮ ਸਰਦਾਰ ਦੇ ਪੁੱਤਰ ਦੀ ਆਮਦ ਵੀ ਜ਼ਿਹਨ 'ਚ ਰੱਖਣੀ ਹੈ ਤੇ ਲਫ਼ਜ਼ਾਂ ਦਾ ਲੁਤਫ ਲੈਣਾ। ਜੋ ਹਸਨ ਸਰਦਾਰ ਦਾ ਪੁੱਤਰ ਮਦੀਨੇ ਸੈਯਦਾਂ ਦੇ ਵਿਹੜੇ ਤੇ ਸ਼ਰੀਫ ਲਿਆਏ ਤੇ ਮਾਹੌਲ ਕਿਹੜਾ ਬਣਿਆ। ਸ਼ਾਬਾਸ਼ ਖੁਸ਼ੀ ਹੈ, ਕਾਸਮ ਕੀ ਆਮਦ ਜਹਾਂ ਮੇ ਖੁਸ਼ੀ ਹੈ, ਮੁਹੰਮਦ ਕਯਾ ਗਏ ਮਾਹੌਲ ਕਿਹੜਾ ਬਣਿਆ। ਕਾਸਮ ਕੀ ਆਮਦ ਜਹਾਂ ਮੇ ਖੁਸ਼ੀ ਹੈ, ਮੁਹੰਮਦ ਕਯਾ ਗਏ ਭੀ ਮਹਿਕਾ ਹੁਆ ਹੈ, ਮੁਹੰਮਦ ਕਯਾ ਗਏ ਭੀ ਮਹਿਕਾ ਹੁਆ ਹੈ, ਜੋ ਕਾਸਿਮ ਕੋ ਦੇਖਾ ਤੋ ਸ਼ਬੀਰ ਬੋਲੇ, ਸ਼ਬੀਰ ਬੋਲੇ ਮੇਰੇ ਘਰ ਮੈਂ ਦੂਜਾ ਹਸਨ ਆ ਗਿਆ ਹੈ। ਆ ਠੁੱਠੇ ਸੋਹਣੇ ਲੱਗਦੇ ਸ਼ਬੀਰ ਦੇ ਜ਼ਿਕਰ ਵਿੱਚ। ਅਲੀ ਅਲੈਹਿਸ ਸਲਾਮ, ਜੋ ਕਾਸਿਮ ਕੋ ਦੇਖਾ ਤੋ ਸ਼ਬੀਰ ਬੋਲੇ ਮੇਰੇ ਘਰ ਮੈਂ ਦੂਜਾ ਹਸਨ ਆ ਗਿਆ ਹੈ। ਭਾਈ ਨੌਕਰ ਬਾਸ, ਹੁਣ ਤਵੱਜੋ ਕਰਨੀ ਹੈ। ਸਰਕਾਰੇ ਹੁਸੈਨ ਬਾਦਸ਼ਾਹ ਨੇ ਬਾਬਾ ਦਰਸ਼ਾ ਜੀ ਮੰਜ਼ਰ ਦੇ ਵਿੱਚ ਰੱਖਣਾ ਬੁਲਵਾ ਲਾ ਲਿਓ। ਜਿਹੜਾ ਬੰਦਾ ਅਲੀ ਦੇ ਪੁੱਤਰ ਦਾ ਖਾਂਦਾ ਹੈ, ਜਿਸ ਬੰਦੇ ਦਾ ਜੀ ਮਾਲਿਕ ਇਸ ਰਾਤ ਦਾ ਸਦਕਾ ਬਾਵੇ ਹੋਰਾਂ ਨੂੰ ਸੋਹਣਾ ਜਿਹਾ ਪੁੱਤਰ ਅਤਾ ਕਰੇ। ਲਓ ਜੀ ਹੁਣ 70 ਸੁਣਨੀ ਹੈ। ਜੋ ਕਾਸਿਮ ਕੋ ਦੇਖਾ ਤੋ ਸ਼ਬੀਰ ਬੋਲੇ ਮੇਰੇ ਘਰ ਮੇਂ ਦੂਜਾ ਹਸਨ ਆ ਗਿਆ ਹੈ। ਜਿਹੜੇ ਲਫ਼ਜ਼ ਸੁਣਨ ਦੇ ਆਦੀ ਉਹ ਬਾਬਾ ਜੀ ਦੁਆ ਫਰਮੇ ਸੁਲਮਾ ਦੀ ਮੌਜੂਦਗੀ 'ਚ ਗੱਲ ਕਰਨਾ ਚਾਹੁੰਦਾ। ਹੁਸੈਨ ਸਰਦਾਰ ਨੇ ਸਰਕਾਰੀ ਕਾਸਿਮ ਨੂੰ ਹੱਥਾਂ 'ਤੇ ਚਾਏ, ਚੁੰਮੇ ਆਏ, ਹਾਂ ਨਾ ਲਾਏ। ਲੋਕਾਂ ਪੁੱਛਿਆ ਇਹ ਜ਼ਹਰਾ ਦਾ ਪੁੱਤਰ ਹੈ, ਤਾਰਫ ਕਰਵਾ ਜੋ ਤੇਰੇ ਭਰਾ ਦਾ ਪੁੱਤਰ ਕਿਸ ਬੁਲੰਦ ਅਜ਼ਮਤ ਦਾ ਮਾਲਿਕ ਹੈ। ਲੋਕਾਂ ਗੱਲ ਕੀਤੀ, ਅਕਬਰ ਦੇ ਪਿਓ ਦੇ ਚਿਹਰੇ ਤੇ ਮੁਸਕੁਰਾਹਟ ਆਈ, ਕਾਸਿਮ ਦੇ ਪਾਸੇ ਡਿੱਠੇ ਬਾਤ ਲੋਕਾਂ ਦੇ ਪਾਸੇ ਡੇ ਕੇ ਜ਼ਹਰਾ ਦਾ ਪੁੱਤਰ ਗੱਲ ਕਿਹੜੀ ਆਦ ਹੈ। ਮੇਰੇ ਵੀਰ ਕੀ ਪਾਕ ਤਸਵੀਰ ਹੈ, ਵੋ ਕੁਰਾਨ ਹੈ ਉਸੇ ਕੀ ਤਫਸੀਰ ਹੈ। ਜਿਹੜਾ ਬੰਦਾ ਬੋਲ ਯਾਰ, ਜਿਹੜੇ ਲਫ਼ਜ਼ ਸੁਣ ਕੇ ਬੋਲਦੇ ਉਹਨਾਂ ਬੰਦੇ ਨਾਲ ਬਾਤ, ਮਾਲਿਕ ਤੈਨੂੰ ਸਲਾਮਤ ਰੱਖ। ਲੋਕ ਆਖੇ ਜ਼ਹਰਾ ਦਾ ਪੁੱਤਰ ਤਾਰਫ ਕਰਵਾ, ਤੇਰੇ ਭਰਾ ਦਾ ਪੁੱਤਰ ਕਿਸ ਬੁਲੰਦ ਅਜ਼ਮਤ ਦਾ ਮਾਲਿਕ ਹੁਸੈਨ ਸਰਦਾਰ, ਗੱਲ ਕਿਹੜੀ ਆਦਿਨ। ਮੇਰੇ ਵੀਰ ਕੀ ਪਾਕ ਤਸਵੀਰ ਹੈ, ਵੋ ਕੁਰਾਨ ਹੈ ਉਸੇ ਕੀ ਤਫਸੀਰ ਹੈ, ਵੋ ਕੁਰਾਨ ਸੁਣੀ ਉਸੇ ਕੀ ਤਫਸੀਰ ਹੈ, ਯੇ ਸਿਫਾਤ ਮੁਹੰਮਦ ਕਾ ਮਜ਼ਹਰ ਹੈ, ਕਾਸਿਮ ਸਿਫਾਤ ਮਜ਼ਹਰ ਹੈ ਕਾਸਿਮ, ਤੋ ਯੇ ਜੁਰਅਤੋਂ ਮੇ ਅਲੀ ਮੁਰਤਜ਼ਾ ਹੈ। ਸਲਾਮਤ ਰਹਿਣ ਜਵਾਨੀਆਂ ਮਾਣ। ਅਲੀ ਅਲੈਹਿਸ ਸਲਾਮ, ਅਲੀ ਅਲੈਹਿਸ ਸਲਾਮ, ਤੁਸੀਂ ਜੀ ਉਹਦੀ ਬਾਦਸ਼ਾਹ ਹੁਸੈਨ ਤੁਹਾਨੂੰ ਬਸਤਰਕ ਮਾਲਿਕ ਜ਼ਿੰਦਗੀ ਅਦਰਾਜ ਸ਼ਰਮਾਵੇ ਭੁਲਵਾ ਲੈ। ਉਸ ਸ਼ੇਰ ਵਾਸਤੇ ਮੈਂ ਕਸੀਦਾ ਸ਼ੁਰੂ ਕੀਤਾ ਹੈ, ਸਿਫਾਤ ਮੁਹੰਮਦ ਕਮਲ ਹਰ ਹੈ ਕਾਸਿਮ, ਤੋ ਯੇ ਜੁਰਅਤੋਂ ਮੇ ਅਲੀ ਮੁਰਤਜ਼ਾ ਹੈ। ਹੁਣ ਬਿਲਕੁਲ ਨਵਾਂ ਤਖੈਲ, ਇਸ ਤੋਂ ਪਹਿਲੇ ਬਾਬਾ ਜੀ ਇਹ ਰੰਗ ਸੁਣਿਆ ਹੋਵੇ ਤਾਂ ਬੇਸ਼ੱਕ ਮਜਮੇ 'ਚ ਉੱਠ ਕੇ ਕੋਈ ਬੰਦਾ ਮੈਨੂੰ ਆਖ ਦੇਵੇ ਬਾ ਨਜ਼ਮ ਸ਼ੇਰਾਜ਼ੀ, ਇਹ ਗੱਲ ਅਸਾਂ ਪਹਿਲੇ ਸੁਣੀ ਹੈ। ਲੇਕਿਨ ਅਗਰ ਗੱਲ ਸੁਣੀ ਨਾ ਹੋਵੇ, ਬਾਤ ਨਵੀਂ ਹੋਵੇ, ਫਿਰ ਲੁਤਫ ਆਵੇ ਤਾਂ ਕੋਸ਼ਿਸ਼ ਕਰਿਆ ਹਰ ਬੰਦਾ ਮੇਰੇ ਹੱਕ ਦੀ ਦੁਆ ਜ਼ਰੂਰ ਕਰੇ। ਹੁਣ ਸ਼ਹਿਜ਼ਾਦਾ ਕਾਸਮ ਨੂੰ ਸ਼ਹਿਜ਼ਾਦਾ ਅਲੀ ਅਕਬਰ ਆਪਣੇ ਹੱਥਾਂ 'ਤੇ ਚਾਏ, ਚੁੰਮਿਆ, ਹਾਂ ਨਾ ਲਾਏ। ਮੰਜ਼ਰ ਕਹਿਣ ਡਿੱਠਾ, ਇਹ ਗੱਲ ਮੈਂ ਮਿੱਠੀ ਤਾਂ ਕਰਦਾ ਪਿਆ ਤਾਂ ਕਿ ਹਰ ਬੰਦੇ ਦੀ ਜ਼ਿਹਨ 'ਚ ਬਾਤ ਆ ਜਾਵੇ। ਡਿੱਠਾ ਕਹਿ ਸਰਦਾਰੇ ਮਲਾਇਕਾ ਜਬਰੀਲ, ਕੀ ਡਿੱਠਾ ਸਰਕਾਰੀ ਸ਼ਹਿਜ਼ਾਦਾ ਅਲੀ ਅਕਬਰ, ਸ਼ਹਿਜ਼ਾਦਾ ਕਾਸਮ ਨਾ ਰੰਗ ਨਵੇਂ। ਮੈਂ ਅੱਗੇ ਅਰਜ਼ ਕੀਤੀ ਹੈ, ਅੱਗੇ ਕਿਸੇ ਬੰਦੇ ਇਸ ਬਹਿਰ 'ਤੇ ਬਾਤ ਸੁਣੀ ਹੋਵੇ, ਬਿਸ਼ੱਕ ਮਜਮੇ 'ਚ ਉੱਠ ਕੇ ਮੈਨੂੰ ਆਖ ਦੇਵੇ ਗੱਲ ਸੁਣੀਏ, ਲੇਕਿਨ ਨਾ ਸੁਣੀ ਹੋਵੇ ਫਿਰ ਕੋਸ਼ਿਸ਼ ਕਰਨੀ, ਮੇਰੀ ਮਿਹਨਤ ਹੋਵੇ ਤਾਂ ਮੈਨੂੰ ਦਾਅ ਜ਼ਰੂਰ ਦੇਣੀ। ਸ਼ਹਿਜ਼ਾਦਾ ਅਲੀ ਅਕਬਰ ਨੇ ਸ਼ਹਿਜ਼ਾਦਾ ਕਾਸਮ ਨੂੰ ਚੁੰਮਿਆ, ਹਾਂ ਨਾ ਲਾਏ। ਜਬਰੀਲ ਨੇ ਡਿੱਠਾ ਸਾਰਿਆਂ ਮਲਾਇਕਾਂ ਨੂੰ ਇਕੱਠਿਆਂ ਕੀਤਾ, ਇਸ਼ਾਰਾ ਕਰਕੇ ਗੱਲ ਕਿਹੜੀ ਯਾਦ ਹੈ। ਮਲਾਇਕ ਸੇ ਜਬਰੀਲ ਯੇ ਕਹਿ ਰਹੇ, ਵਹੀ ਵਕਤ ਫਿਰ ਲੋਟ ਕਰ ਆ ਗਿਆ।
ਪਰ ਅਗਲੀ ਬੜੀ ਸੋਹਣੀ ਹੈ, ਜਿਸ ਬੰਦੇ ਦੀ ਸਮਝ ਚ ਬਾਤ ਆ ਗਈ ਦੁਆ ਕਰਿਆ ਮਲਾਇਕ ਜਿਬਰੀਲ ਯੇ ਨਬੀ ਮੁਸਤਫਾ ਲੋਰੀਆਂ ਦੇ ਰਹਾ ਹੈ। ਸਲਾਮਤ ਰਹਾ ਬਾਦਸ਼ਾਹ ਹੁਸੈਨ, ਤੁਹਾਨੂੰ ਬਸਤਾ ਰੱਖਿਆ।